ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ, ਅਤੇ ਇਸ ਚੀਜ਼ ਨੂੰ ਸਕਿੱਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ ਪਿਆਰਿਓ, ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ, ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ, ਫਿਜ਼ੀਓਥਰੈਪੀ, ਅੱਖਾਂ ਦੇ ਇਲਾਜ, ਹੋਰ ਵੀ ਸਾਰੇ ਇਲਾਜ ਇੱਕੋ ਛੱਤ ਥੱਲੇ ਹੁੰਦੇ ਨੇ ਬਿਲਕੁਲ ਲਾਗਤ ਮੁੱਲ ਨਾਲ। ਔਰ ਆ ਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੱਧ ਪ੍ਰੇਮੀਆਂ ਨੂੰ ਰੋਜ਼ ਪ੍ਰਸ਼ਾਦਾ ਮਿਲਦਾ। ਆਪ ਵੀ ਪੇਟ ਭਰ ਕੇ ਛਕਦੇ ਨੇ, ਪਰਿਵਾਰ ਵੀ ਉਹਨਾਂ ਦੇ ਛਕਦੇ, ਔਰ ਅਸੀਸਾਂ ਕਿਹਨੂੰ ਦਿੰਦੇ ਨੇ? ਤੁਹਾਨੂੰ, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਦੇ ਮਾਧਿਅਮ ਰਾਹੀਂ। ਔਰ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਮੇਰੀ ਸਭ ਨੂੰ ਬੇਨਤੀ ਹੈ, ਆਪ ਜੀ ਵੀ ਜੇ ਇਹਨਾਂ ਸੇਵਾਵਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਯੋਗਦਾਨ ਤੁਸੀਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀ ਹੈ, ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਆਪਣੀ ਸੇਵਾ ਪਾ ਕੇ, ਜੋ TV 'ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ, ਤਾਂ ਜੋ ਤੁਹਾਨੂੰ ਰਸੀਦ ਔਰ ਸਤਿਕਾਰ ਵੀ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ QR ਕੋਡ ਦੇ ਰਾਹੀਂ ਵੀ ਭੇਜ ਸਕਦੇ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਔਰ ਇਹ ਸੇਵਾ ਤੁਸੀਂ ਸਾਨੂੰ ਫੋਨਪੇ, ਗੂਗਲ ਪੇ ਨਾਲ Paytm ਵੀ ਕਰ ਸਕਦੇ ਹੋ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ। ਹਰ ਪਲ, ਹਰ ਘੜੀ, ਹਰ ਸਮੇਂ ਤੁਹਾਡੀਆਂ ਅਸੀਸਾਂ ਨੂੰ ਅਸੀਂ ਲੋਚਦੇ ਹਾਂ। ਆਪਣੀਆਂ ਅਸੀਸਾਂ ਔਰ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਪਿਆਰ ਦੇ ਵਿੱਚ ਤੁਸੀਂ ਬਣਾ ਕੇ ਰੱਖਿਓ ਜੀ, ਔਰ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਅਕਤੂਬਰ ਨੂੰ ਆਉਣਾ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ, 19 ਅਕਤੂਬਰ ਨੂੰ, ਅਤੇ ਉਸੇ ਸੰਬੰਧ ਦੇ ਵਿੱਚ, ਕਿਉਂਕਿ 2 ਵਾਰੀ ਖੁੱਲ੍ਹੇ ਪੱਠਾਂ ਦੀ ਸੇਵਾ ਸਾਰੀ ਸੰਗਤ ਕਰਦੀ ਹੈ ਰਲ ਮਿਲ ਕੇ, 19 ਅਕਤੂਬਰ ਨੂੰ ਦਿਹਾੜਾ ਮਹਾਰਾਜ ਦਾ। ਪਰ 27 ਅਕਤੂਬਰ ਨੂੰ ਜਿਹੜਾ ਚੁਪਹਿਰਾ ਹੋਣਾ ਨਾ, ਉਹਦੇ ਵਿੱਚ ਆਪਾਂ ਗੁਰੂ ਰਾਮਦਾਸ ਦਾ ਗੁਰਪੁਰਬ ਮਨਾਉਣਾ। ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਪਿਆਰਿਓ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪੱਠਾਂ ਦੀਆਂ ਲੜੀਆਂ ਸ਼ੁਰੂ ਕਰ ਦਿਓ। ਇੱਕ ਇੱਕ ਸਹਿਜ ਪਾਠ ਇੱਕ ਇੱਕ ਪਰਿਵਾਰ ਜ਼ਰੂਰ ਕਰੇ, ਇਹ ਮੇਰੀ ਬੇਨਤੀ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, 10 ਪਾਠ ਇੱਕ ਮੈਂਬਰ ਰੋਜ਼ ਦੇ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦਿਓ, ਰੋਜ਼ ਦੇ ਇੱਕ ਇੱਕ ਮੈਂਬਰ, ਅਤੇ 5 ਜੀ ਨੇ 50 ਪਾਠ ਹੋ ਗਏ ਰੋਜ਼ ਦੇ, ਇਸੇ ਤਰ੍ਹਾਂ ਲੜੀ ਸ਼ੁਰੂ ਕਰ ਦਿਓ। ਹੁਣ ਭਾਵੇਂ ਸੁਖਮਨੀ ਸਾਹਿਬ ਦੇ 2 ਪਾਠ ਕਰ ਲਓ ਰੋਜ਼ ਦੇ ਇੱਕ ਇੱਕ ਮੈਂਬਰ, ਭਾਵੇਂ ਤੁਸੀਂ ਮੂਲ ਮੰਤਰ ਦੀਆਂ 1 ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦੀਆਂ 6 ਮਾਲਾ ਇੱਕ ਇੱਕ ਪ੍ਰੇਮੀ ਰੋਜ਼ ਫੇਰਨੀਆਂ ਸ਼ੁਰੂ ਕਰ ਦੇਵੇ। ਇੱਕ ਕਾਪੀ ਲਾ ਲਓ,
ਕਾਪੀ ਦੇ ਉੱਤੇ ਰੋਜ਼ ਸ਼ੁਕਰਾਨੇ ਦੇ ਵਿੱਚ ਲਿਖਣਾ, ਇੰਨੀ ਸੇਵਾ ਗੁਰੂ ਰਾਮਦਾਸ ਜੀ ਨੇ ਮੇਰੇ ਗਰੀਬਣੀ ਕੋਲੋਂ, ਮੇਰੇ ਗਰੀਬ ਕੋਲੋਂ ਨਿਤਨੇਮ ਕਰਨ ਦੀ ਲਈ ਹੈ ਜੀ। ਤੇ ਉਹ ਜਿੰਨਾ ਜੋੜ ਬਣੇਗਾ ਫਿਰ 25 ਅਕਤੂਬਰ ਤੱਕ ਉਹ ਫਿਰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ। 25 ਅਕਤੂਬਰ ਨੂੰ ਤੁਸੀਂ ਉਹ ਦਿੱਤੇ ਨੰਬਰਾਂ ਦੇ ਉੱਤੇ ਆਪਣੀ ਗਿਣਤੀ ਲਿਖਵਾਉਣੀ ਖੁੱਲੇ ਜਾਪ ਦੀ, ਤੇ 27 ਅਕਤੂਬਰ ਨੂੰ ਚੁਪਹਿਰੇ ਦੇ ਵਿੱਚ ਉਹ ਅਰਦਾਸ ਹੋਏਗੀ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾਉਣਾ, 27 ਅਕਤੂਬਰ ਨੂੰ ਉਹਦੀ ਫਿਰ ਅਰਦਾਸ ਹੋਣੀ ਮਹਾਰਾਜ ਜੀ ਦੀ ਮਿਹਰ ਦੇ ਨਾਲ। ਔਰ ਏਡਾ ਜਦੋਂ ਜਪ ਤਪ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੁਸੀਂ ਕੀਤਾ ਹੋਏਗਾ, ਇੰਨੇ ਜਪ ਤਪ ਦੀ ਜਦੋਂ ਹਾਜ਼ਰੀ ਲੱਗੇਗੀ ਨਾ ਸੰਗਤ ਦੇ ਵਿੱਚ, ਪਤਾ ਨਹੀਂ ਕਿੰਨੇ ਕੁ ਬੰਧਨ ਗੁਰੂ ਰਾਮਦਾਸ ਨੇ ਉਸ ਦਿਨ ਕੱਟਣੇ ਸਾਡੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ, ਉਹ ਤੇ ਗੁਰੂ ਰਾਮਦਾਸ ਦਾ ਆਗਮਨ ਪੁਰਬ ਆਪਾਂ ਮਨਾਉਣਾ, ਤੇ ਬਖਸ਼ਿਸ਼ਾਂ ਉਹਨੇ ਦੇਣੀਆਂ ਹੀ ਦੇਣੀਆਂ। ਇਹ ਅੱਜ ਤੋਂ ਹੀ ਆਪਣੇ ਘਰਾਂ ਵਿੱਚ ਕਾਪੀਆਂ ਲਾ ਲਓ, ਤੁਹਾਡੇ ਘਰ ਕੋਈ ਕੰਮ ਕਰਨ ਵਾਲੀ ਵੀ ਹੈ ਨਾ, ਦੁੱਧ ਦੇਣ ਵਾਲਾ ਵੀ, ਉਹਨੂੰ ਵੀ ਕਹੋ ਬਈ ਇੰਨੀ ਬਾਣੀ ਪੜ੍ਹ, ਇੰਨੇ ਪਾਠ ਕਰੋ। ਕਹੇ ਨਹੀਂ ਪੜ੍ਹ ਸਕਦਾ, ਉਹਨੂੰ ਕਹੇ ਵਾਹਿਗੁਰੂ ਵਾਹਿਗੁਰੂ ਕਰ ਲੈ ਇੰਨੀ ਵਾਰੀ ਰੋਜ਼ ਕਰਿਆ ਕਰ। ਕੋਈ ਵੀ ਮੈਂਬਰ ਹੈ ਤੁਹਾਡੀਆਂ ਦੁਕਾਨਾਂ ਤੇ ਲੱਗੇ ਨੇ ਮੁੰਡੇ, ਕੋਈ ਵਰਕਰ ਨੇ, ਹਰੇਕ ਨੂੰ ਇਹ ਨੇਮ ਦੇ ਦਿਓ ਬਈ ਤੂੰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ, ਖੁਸ਼ੀਆਂ ਲੈ। ਔਰ ਜਿੰਨਾ ਜਪ ਤਪ ਹੋਵੇ 25 ਅਕਤੂਬਰ ਨੂੰ ਤੁਸੀਂ ਫਿਰ ਜਿਹੜੇ ਨੰਬਰ ਟੀਵੀ ਸਕਰੀਨ ਤੇ ਚੱਲਣਗੇ ਉਹਨਾਂ ਦੇ ਉੱਤੇ ਤੁਸੀਂ ਡਿਟੇਲ ਲਿਖਵਾਉਣੀ, ਔਰ 27 ਅਕਤੂਬਰ ਨੂੰ ਇਹ ਸਾਰੇ ਜਪ ਤਪ ਦੀ ਅਰਦਾਸ ਹੋਏਗੀ, ਇਹ ਬੇਨਤੀਆਂ ਪ੍ਰਮਾਣ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ, ਸਾਨੂੰ ਅਸੀਸਾਂ ਦੇਣ ਵਾਸਤੇ, ਬਾਬਾ ਦੀਪ ਸਿੰਘ ਜੀ ਦਾ, ਗੁਰੂ ਰਾਮਦਾਸ ਜੀ ਦਾ ਸੰਗਤ ਰੂਪੀ ਪਰਿਵਾਰ, ਬਾਪੂ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਿਖੇ ਪਹੁੰਚਿਆ, ਔਰ ਬੇਅੰਤ ਪਰਿਵਾਰਕ ਮੈਂਬਰ ਯੂਟਿਊਬ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਜੁੜ ਰਹੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਯੂਟਿਊਬ ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਦੇ ਹੋ, ਔਰ ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। 7-8 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਓ, ਉਸ ਤੋਂ ਬਾਅਦ ਫਿਰ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦਿਦਾਰ ਕਰਾਂਗੇ। ਸਾਰੇ ਹਾਜ਼ਰੀ ਲਾਇਓ ਜੀ ਪਿਆਰ ਨਾਲ। ਵਾਹਿਗੁਰੂ ਵਾਹਿਗੁਰੂ ਧੰਨਵਾਦ ਗੁਰੂ।
सच नानक होसी पिछत ओंकार सतनाम करता पुरख निर्भव निर्वैर अकाल मूर्त अजूनी सर्व गुरुवर साद जप आद सच जुगाद सच है सत नानक होसी पिछत ओंकार ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੇਰਾ ਤੂੰ ਮੇਰਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਵਾਹਿਗੁਰੂ ਸ਼ੁਕਰਾਨੇ ਵਾਹਿਗੁਰੂ 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 ਅੱਜ ਅਸੀਸ ਦੇਣ ਵਾਸਤੇ ਤੁਸੀਂ ਆਏ ਹੋ ਔਰ ਵੱਡੀ ਅਸੀਸ ਮੈਂ ਗਰੀਬ ਨੂੰ ਦੇ ਕੇ ਜਾਏ ਹੋ। ਵੱਡੀ ਅਸੀਸ ਕੀ? ਗਰੀਬ ਨਵਾਜ ਪਾਤਸ਼ਾਹ ਅਖੀਰਲੇ ਸਵਾਸਾਂ ਤੱਕ ਇਹ ਜੁੜਨ ਅਤੇ ਜੋੜਨ ਵਾਲੀਆਂ ਸੇਵਾਵਾਂ ਆਪ ਹੀ ਲੈਂਦਾ ਰਾਵੀਂ। ਅੱਜ ਮੈਂ ਕੋਈ ਕਥਾ ਨਹੀਂ ਕਰਨੀ, ਅੱਜ ਮੈਂ ਕੋਈ ਬਚਨ ਹੋਰ ਨਹੀਂ ਕਰਨਾ। ਅੱਜ ਜਨਮ ਦਿਨ ਨੇ ਤੇ ਮੈਂ ਤੇ ਅਜੇ ਜੰਮਿਆ ਹੀ ਹਾਂ ਜੀ। ਹੁਣ ਛੋਟਾ ਜਿਹਾ ਬੱਚਾ ਹੁਣ ਤੁਹਾਨੂੰ ਕੀ ਕਹੇਗਾ ਜਾਂ ਕਿੱਦਾਂ? ਵੈਸੇ ਵੀ ਮੈਂ ਛੋਟਾ ਹੀ ਹਾਂ ਤੇ ਅੱਜ ਆਪਾਂ ਦਾਤਾਂ ਮੰਗਣੀਆਂ ਨੇ, ਦੋ ਵੱਡੀਆਂ ਦਾਤਾਂ। ਤੁਸੀਂ ਆਪਣੇ ਲਈ ਵੀ ਮੰਗਿਓ ਤੇ ਮੇਰੇ ਲਈ ਵੀ ਅਰਦਾਸ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਉਦਾਂ ਅੱਜ 46 ਸਾਲ ਹੋ ਗਏ ਮੇਰੀ ਉਮਰ ਮਹਾਰਾਜ ਜੀ ਦੀ ਕਿਰਪਾ ਨਾਲ, ਤੇ ਮੈਨੂੰ ਇਹ ਹੱਸ ਰਹੇ ਸੀ ਕਹਿੰਦੇ 46 ਸਾਲ ਉਮਰ, ਤੇ ਮੈਂ ਕਿਹਾ ਨਹੀਂ ਇੱਦਾਂ ਨਾ ਕਰੋ, 4 ਤੇ 6 ਅਜੇ 10 ਸਾਲਾਂ ਦਾ ਹੀ ਹੈ। ਮੈਂ ਕਿਹਾ ਇੱਦਾਂ ਕਰ ਲਿਆ ਕਰੋ ਸੈੱਟ ਕੰਮ, 4 ਤੇ 6 ਜਮ੍ਹਾਂ ਕਰ ਦਿਓ, 10 ਸਾਲਾਂ ਦਾ ਹੀ ਹੈ ਜੇ ਮਹਾਰਾਜ ਦੀ ਮਿਹਰ ਨਾਲ। ਤੇ ਆਓ ਤੁਸੀਂ ਹੁਣ, ਮੈਂ ਤੁਹਾਡਾ ਬੱਚਾ, ਮੇਰੇ ਲਈ ਵੀ ਅਰਦਾਸ ਕਰਿਓ, ਆਪਣੇ ਲਈ ਵੀ ਅਰਦਾਸਾਂ ਕਰਿਓ ਕਿ ਮਹਾਰਾਜ ਇਹ ਕਿਰਪਾ ਸਾਡੇ ਸਾਰਿਆਂ 'ਤੇ ਕਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 747 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਸ਼ਬਦ ਦਰਜ, ਇਹ ਅਰਦਾਸ ਹਮਾਰੀ ਸੁਆਮੀ। ਸਾਰੇ ਬੋਲੋ, ਇਹ ਅਰਦਾਸ ਹਮਾਰੀ ਸੁਆਮੀ। ਫਿਰ ਬੋਲੋ, ਇਹ ਅਰਦਾਸ ਹਮਾਰੀ ਸੁਆਮੀ। ਕਿਹੜੀ ਅਰਦਾਸ? ਵਿਸਰ ਨਾਹੀਂ ਸੁਖ ਦਾਤੇ, ਵਿਸਰ ਨਾਹੀਂ ਸੁਖ ਦਾਤੇ, ਕਿ ਕਦੀ ਤੂੰ ਵਿਸਰੀ ਨਾ, ਹਰ ਪਲ ਹਰ ਘੜੀ ਤੇਰੀ ਯਾਦ ਬਸ ਅੰਦਰ ਬਣੀ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਵੱਡੀ ਦਾਤ ਆਪਣੇ ਲਈ ਵੀ ਮੰਗੋ ਤੇ ਮੇਰੇ ਲਈ ਵੀ ਮੰਗਿਓ। ਸਾਰੇ ਕਿਰਪਾ ਕਰਿਓ ਪਿਆਰ ਨਾਲ। ਇਹ ਅਰਦਾਸ
ਸੁਖ ਦਾਤੇ ਧੰਨ ਗੁਰੂ ਰਾਮਦਾਸ ਜੀ 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 ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਿਸਰ ਨਹੀਂ ਸੁਖ ਦਾਤੇ ਵਿਸਰ ਨਹੀਂ ਸੁਖ ਦਾਤੇ ਇਹ ਅਰਦਾਸ ਹਮਾਰੀ ਸੁਆਮੀ ਮੰਗੋ ਇਹ ਵਿਸਰ ਨਹੀਂ ਸੁਖ ਦਾਤੇ ਵਿਸਰ ਨਹੀਂ ਸੁਖ ਦਾਤੇ ਤੂੰ ਅਥਾਹ ਅਪਾਰ ਅਤਿ ਊਚਾ ਤੂੰ ਅਥਾਹ ਅਪਾਰ ਅਤਿ ਤੇਰਾ ਪਾਣਾ ਤੂੰ ਹੈ ਮਨਾਏ ਤੇਰਾ ਪਾਣਾ ਤੂੰ ਹੈ ਮਨਾਏ ਹੋ ਜਿਸ ਨੂੰ ਸੁਣੋ ਮੋਏ ਦਇਆ
ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਰਾਮ ਰਾਏ, ਮੇਰੇ ਸਭ
दिन रात
ਦਾਸ ਬੋਲੇ, ਫਿਰ ਸਟੇਜ ਤੇ ਜਿੰਨੇ ਵੀਰ ਬੈਠੇ ਤੀਜੇ ਹਿੱਸੇ ਚ ਤੁਸੀਂ ਬੋਲਿਓ ਸਾਰੇ ਗੱਜ ਕੇ। Good night.
ਬਣਾਤੇ ਕਰ ਕਿਰਪਾ ਭਗਤਨ ਸੰਗ ਨਾਤੇ ਦਿਨ ਸਰੈਣ ਜਿਉ ਤੁਤ ਧਿਆਈ ਇਹੋ ਦਾਨ ਮੋਹੈ ਕਰਨਾ ਜੀਓ ਗੁਣ ਗਾਵਾ ਦਿਨ ਰਾਤ ਬੈਠਤ ਸੋਮਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਨਾ ਸਾ ਜੀ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਧੰਨ ਗੁਰੂ ਰਾਮਦਾਸ ਜੀ ਧੰਨ ਸਤ
ਸ਼ੁਕਰਾਨੇ ਅੱਜ ਵੱਡੀ ਦਾਤ ਆਪਣੇ ਲਈ ਵੀ ਦਾਸ ਲਈ ਵੀ ਆਪਣੇ ਪਰਿਵਾਰਾਂ ਲਈ ਵੀ ਕਿ ਗਰੀਬ ਨਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲ ਰਹਿਮਤ ਦਾ ਖਾਤਾ ਖੋਲ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀਂ ਸੁਖ ਦਾਤੇ ਕਿ ਹਰ ਵੇਲੇ ਤੇਰੀ ਯਾਦ ਅੰਦਰ ਬਣੀ ਰਵੇ ਆਖੋ ਧੰਨ ਗੁਰੂ ਰਾਮਦਾਸ ਜੀ ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ ਹਰ ਜਗ੍ਹਾ ਤੇ ਤੇਰੀ ਯਾਦ ਅੰਦਰ ਬਣੀ ਰਵੇ ਹੇ ਗੁਰੂ ਰਾਮਦਾਸ ਇੱਕ ਤੇ ਆਹ ਕਿਰਪਾ ਕਰੋ ਤੇ ਦੂਜੀ ਮੇਰੇ ਲਈ ਵੀ ਮੰਗਣਾ ਆਪਣੇ ਲਈ ਵੀ ਮਹਾਰਾਜ ਕਿਰਪਾ ਕਰਿਓ ਦੂਜੀ ਦਾਤ ਮੰਗਣੀ ਮਹਾਰਾਜ ਅਸੀਂ ਔਗਣਾਂ ਦੇ ਭਰੇ ਹਾਂ ਅਸੀਂ ਗੁਣਾਗਾਰ ਹਾਂ ਪੈਰ ਪੈਰ ਤੇ ਭੁੱਲਾਂ ਕਰਨ ਵਾਲੇ ਹਾਂ ਤੇ ਕਿਰਪਾ ਦਾ ਖਾਤਾ ਖੋਲੋ ਅੱਜ ਸਾਡੇ ਸਾਰਿਆਂ ਦੇ ਔਗਣ ਬਖਸ਼ ਲਓ ਲੇਖਿਆਂ ਜੋਖਿਆਂ ਨਾਲ ਸਾਡੀ ਵਾਰੀ ਨਹੀਂ ਆਉਣੀ ਲੇਖਿਆਂ ਨਾਲ ਸਾਡੀ ਵਾਰੀ ਨਹੀਂ ਅੱਜ ਤੁਸੀਂ ਬਖਸ਼ਿਸ਼ ਦਾ ਖਾਤਾ ਖੋਲੋ ਆਖੋ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਅੱਜ ਤੁਸੀਂ ਬਖਸ਼ਿਸ਼ ਦਾ ਖਾਤਾ ਖੋਲੋ ਅਸੀਂ ਔਗਣ ਆ ਰਹੇ ਹਾਂ ਤੁਸੀਂ ਔਗਣ ਬਖਸ਼ਣ ਵਾਲੇ ਹੋ ਵੱਡੀ ਦਾਤ ਮੰਗੋ ਸੱਤ ਅੱਠ ਮਿੰਟ ਇਹ ਸ਼ਬਦ ਦੁਆਰਾ ਤਰਲਾ ਪਾਓ ਫਿਰ ਕੀਰਤਨ ਦੀ ਸਮਾਪਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 613 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਦਰਜ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਬੜੇ ਪਿਆਰ ਚ ਸਾਰੀ ਸਿੰਗਤ ਹਾਜ਼ਰੀ ਲਾਇਓ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ
ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਹਮ ਮੇਲੇ ਤੁਮ ਉਚਲ ਕਰਤੇ ਹਮ ਨਿਰਗੁਣ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਬਿਚਾਰੇ ਤੁਮ ਰਾਮ
ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ
ਤੁਹਾਡੀ ਆਵਾਜ਼ ਹਮ ਐਸੇ ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਭਾਈ ਸਾਹਿਬ ਜੀ, ਸਾਰੀਆਂ ਸੰਗਤਾਂ ਦੇ ਜਿਨ੍ਹਾਂ ਨੇ ਇਹ ਕੀਰਤਨ ਦੀ ਸੇਵਾ ਲਈ, ਬਹੁਤ ਬਹੁਤ ਸ਼ੁਕਰਾਨੇ। ਭੁੱਲ ਚੁੱਕ ਦੀ ਹੁਣ ਕਿਵਾਂ ਕਰ ਦੇਣਾ, ਆਨੰਦ ਸਾਹਿਬ ਦਾ ਪਾਠ ਆਪਾਂ ਸਭ ਨੇ ਰਲ ਮਿਲ ਕੇ ਕਰਨਾ। ਜੋ ਦੂਰੋਂ ਨੇੜਿਓਂ ਚੱਲ ਕੇ ਆਏ, ਮੈਂ ਕਿਸੇ ਸ਼ਹਿਰ ਦਾ ਨਾਮ ਲਵਾਂ, ਕਈਆਂ ਦੇ ਰਹਿ ਜਾਣੇ ਨੇ, ਬਾਕੀ ਜਿਹੜੇ ਜਿਹੜੇ ਮੇਰੇ ਧਿਆਨ 'ਚ ਨੇ, ਅਬੋਹਰ ਤੋਂ ਸਾਡੇ ਮਾਤਾ ਜੀ ਬੈਠੇ, ਸਾਰਾ ਪਰਿਵਾਰ ਦੇਹਰਾਦੂਨ ਤੋਂ ਆਏ ਨੇ ਪ੍ਰੇਮ ਵਾਲੇ, ਮਹਾਰਾਜ ਜੀ ਦੀ ਮਿਹਰ ਦੇ ਨਾਲ, ਬੱਜੂ ਮਾਨ ਤੋਂ, ਸਾਡੇ ਇੱਧਰੋਂ ਜਸਪਾਲ ਭੈਣ ਜੀ, ਜੋ ਰੂਟੀਨ ਨਾਲ ਸਾਰੇ ਪਰਿਵਾਰਕ ਮੈਂਬਰ ਨੇ, ਹੋਰ ਵੀ ਬੇਅੰਤ ਸੰਗਤਾਂ ਦੂਰੋਂ ਨੇੜਿਓਂ, ਜਿੱਥੋਂ ਜਿੱਥੋਂ ਚੱਲ ਕੇ ਆਈਆਂ, ਬਾਪੂ ਦੀਪ ਸਿੰਘ ਤੁਹਾਡੇ ਸਭ ਦੇ ਨਾਮ ਜਾਣਦੇ ਨੇ, ਇੱਕ ਇੱਕ ਦੇ ਅੰਦਰ ਕੀ ਚੱਲ ਰਿਹਾ ਬਾਪੂ ਜੀ ਨੂੰ ਪਤਾ ਆ। ਖੁਦ ਧੰਨ ਬਾਬਾ, ਮੈਨੂੰ ਕਿਸੇ ਬਾਰੇ ਨਹੀਂ ਪਤਾ, ਪਰ ਬਾਬਾ ਦੀਪ ਸਿੰਘ ਜੀ ਨੂੰ ਸਭ ਦੇ ਬਾਰੇ ਪਤਾ, ਸਭ ਦੇ ਬਾਰੇ। ਜਿਹੜੀ ਜਿਹੜੀ ਭਾਵਨਾ ਤੁਸੀਂ ਲੈ ਕੇ ਆਏ ਹੋ, ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰੂ ਰਾਮਦਾਸ ਜੀ ਪੂਰੀਆਂ ਕਰਨ। ਮੈਂ ਗਰੀਬ ਦੀ ਅੰਦਰੋਂ ਅਰਦਾਸ ਕਰਿਓ, ਮੇਰੀ ਨਿਭ ਜੇ ਪਿਆਰੇ ਨਾਲ ਸਾਰੀ ਜ਼ਿੰਦਗੀ, ਇਹ ਅਰਦਾਸ ਕਰਿਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿਸੰਗ ਜੀ, ਐਤਵਾਰ ਆ ਰਿਹਾ, ਔਰ ਹਰ ਹਫਤੇ ਐਤਵਾਰ ਨੂੰ ਅਸੀਂ ਸਵੇਰੇ 11 ਤੋਂ 3:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਇੱਕ ਇੱਕ ਦੇ ਪੁੱਠੇ ਲੇਖਾਂ ਨੂੰ ਸਿੱਧੀਆਂ ਕਰਦੇ ਨੇ, ਔਰ ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਮੇਰੀ ਬੇਨਤੀ, ਪੱਕੀ ਰੂਟੀਨ ਆਪਣੇ ਅੰਦਰ ਇਹ ਐਤਵਾਰ ਦੀ ਬਣਾ ਲਓ ਕਿ ਹਰ ਐਤਵਾਰ ਜੋ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣੀਆਂ, ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਉਣਾ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਤੁਸੀਂ ਪਿਆਰ ਨਾਲ ਚੁਪਹਿਰਿਆਂ ਵਿੱਚ ਹਾਜ਼ਰੀ ਭਰਦੇ ਹੋ ਅਤੇ ਬਾਬਾ ਦੀਪ ਸਿੰਘ ਜੀ ਕਿਰਪਾ ਦਾ ਖਾਤਾ ਖੋਲ੍ਹ ਕੇ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖ ਤਕਲੀਫਾਂ ਨੂੰ ਕੱਟਦੇ ਨੇ, ਇੱਕ ਇੱਕ ਦੇ ਬੰਧਨ ਕੱਟਦੇ ਨੇ। ਕਈ ਕਈ ਸਾਲਾਂ ਦੇ ਪਏ ਹੋਏ ਬੰਧਨਾਂ ਨੂੰ ਬਾਪੂ ਦੀਪ ਸਿੰਘ ਜੀ ਮਿੰਟਾਂ ਸਕਿੰਟਾਂ ਵਿੱਚ ਕੱਟ ਦਿੰਦੇ ਨੇ। ਆਓ ਐਤਵਾਰ ਵਾਲੇ ਦਿਨ 11 ਤੋਂ 3:30 ਵਜੇ ਤੱਕ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ
ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।